पंजाब राज पावर कारपोरेशन लिमिटेड ने पैस्को अधीन ठेके ते 8-9 वरियां तो कम करदे कंप्यूटर ऑपरेटरां नूं नौकरियों बर्खास्त करन दा हुकम जारी कीता, जिस नाल सूबे भर च 2500 दे करीब कंप्यूटर ऑपरेटर ते सेवादार मुड़ बेरोजगार हो जाणगे। पैस्को वल्लों 2012-13 विच भर्ती कीते गए नौजवानां नूं अज उस समें वड्डा झटका लगा जदों पंजाब राज पावर कारपोरेशन लिमिटेड ने अचानक ही एक पत्र जारी करके समूह ऑपरेटरां नूं नौकरी तो कढ़न दा हुकम जारी कीता, जिस तहत सूबे भर च 2500 दे करीब कंप्यूटर ऑपरेटरां ते सेवादारां ते मुड़ तो बेरोजगारी दी तलवार लटकन लग पई है। नौकरियों बर्खास्त कीते गए कामियां ने कहा कि ओह 2012-13 तो ही घट तनखाहां ते ईमानदारी नाल अपनियां सेवावां निभा रहे ने अते अपने परिवार दा पालन पोषण कर रहे ने, पर पंजाब राज पावर कारपोरेशन वल्लों अचानक ही पत्र जारी करके कंप्यूटर ऑपरेटरां दीआं सेवावां खत्म करन दा हुकम सुना दिता गया, जिस नाल उहनां दा भविख खतरे विच पै गया। उन्हां कहा कि विभाग वल्लों जारी पत्र च नवीआं भर्तियां कारण उन्हां नूं सेवावां तों लांभे कीते जाणा उन्हां नाल शरेआम धक्का है, जिस नूं उह बर्दाश्त नहीं करनगे। इस दे नाल ही उन्हां ने दस्सिया कि सूबे अंदर इस पावर कारपोरेशन दे जारी इस पत्र नाल 2500 दे करीब नौजवान लड़के लड़कियां मुड़ तों बेरोजगार हो जाणगे, जो कि बेहद ही निंदणयोग कार्रवाई है। पैस्को कंपनी दे थ्रू कंप्यूटर ऑपरेटर दा काम कर रहे हैं, बट साडे की है जा हुण बिजली महकमे ने सानू कढ़न दा ने उह पत्र जारी करता वी इन्हां नूं कढ़ दो, पर की है सरकारां वल्लों जिहड़ी कैप्टन सरकार आ उन्हें कहा सी कि असीं घर घर रोज़गार देवांगे, पर उह तां सानू कढ़ रही है कच्चे नूं पक्का तां की करना, उह तां साडे तों रोटी भी खोह रही है। असीं ऐ मन्नो 2500 मैंबर आ पैस्को कंपनी थ्रू जिहड़ा बिजली बोर्ड दे विच काम कर रहा जा, कच्चे मुलाजम होर भी ने जिहड़े काम करदे आ, उहनूं सारा नूं कढ़न दा उहनें न्योता देता जा, रोज़गार खोह रहा ना ही इस तरह जिहड़े परिवार पालदे आ ਆਪਦਾ, ਅਸੀਂ 8000 ਦੇ ਉੱਤੇ ਪਰਿਵਾਰ ਪਾਲਦੇ ਸੀ। ਅਸੀਂ ਇੱਥੇ ਬਿਜਲੀ ਬੋਰਡ ਦੇ ਆਫਿਸ 'ਚ ਪੈਸਕੋ ਕੰਪਨੀ ਰਾਹੀਂ ਕੰਪਿਊਟਰ ਓਪਰੇਟਰ ਕੰਮ ਕਰ ਰਹੇ ਹੈਗੇ, ਅਤੇ ਅਸੀਂ ਇੰਨੇ ਟਾਈਮ ਤੋਂ ਕੰਮ ਕਰ ਰਹੇ ਹਾਂ ਕਿ ਸਾਨੂੰ 7-8 ਸਾਲ ਹੋ ਚੁੱਕੇ ਹੈਗੇ, ਅਤੇ ਅੱਜ ਅਚਾਨਕ 31 ਮਾਰਚ ਨੂੰ ਇੱਕ ਲੈਟਰ ਇਸ਼ੂ ਹੋਇਆ ਕਿ ਜਿਸ ਦੇ ਵਿੱਚ ਸਾਫ਼ ਸਾਫ਼ ਲਿਖਿਆ ਗਿਆ ਕਿ ਕੰਪਿਊਟਰ ਓਪਰੇਟਰ ਨੂੰ ਕੱਢ ਦਿੱਤਾ ਜਾਵੇਗਾ, ਔਰ ਅਤੇ ਸਾਨੂੰ ਪਤਾ ਵੀ ਨਹੀਂ ਸੀਗਾ ਵੀ ਇੱਦਾਂ ਹੋਊਗਾ। ਕਿ ਪਾਸ ਹੋਇਆ ਸੀ ਬਾਦਲ ਸਰਕਾਰ ਵੱਲੋਂ, ਉਹਨਾਂ ਨੇ ਕਿਹਾ ਸੀਗਾ ਕਿ ਜੋ ਕੰਟਰੈਕਟ ਬੇਸ 'ਤੇ ਨੇ ਕਰਮਚਾਰੀ ਨੇਗੇ ਉਹਨਾਂ ਨੂੰ ਰੈਗੂਲਰ ਕੀਤਾ ਜਾਊਗਾ, ਲੇਕਿਨ ਨਹੀਂ, ਜੋ ਕਾਂਗਰਸ ਵਾਲੇ ਨੇਗੇ ਇਹਨਾਂ ਨੇ ਕੀ ਕੀਤਾ, ਸਾਨੂੰ ਰੈਗੂਲਰ ਕਰਨ ਦੀ ਬਜਾਏ ਪੁੱਠਾ ਕਰਤਾ। ਅਸੀਂ ਕੀ ਕਰੀਏ, ਸਾਨੂੰ ਤਾਂ ਕੁਛ ਸਮਝ ਨਹੀਂ ਆ ਰਿਹਾ ਕਿੱਧਰ ਨੂੰ ਕੀ, ਕਿਉਂਕਿ ਸਾਡੀ ਉਮਰਾਂ ਵੀ ਲੰਘ ਰਹੀਆਂ ਨੇਗੀਆਂ। ਪੱਕੇ ਕੀਤਾ ਜਾਵੇ ਅਤੇ ਜਿਨ੍ਹਾਂ ਦੀ ਮੈਰਿਜ ਹੋ ਚੁੱਕੀ ਆ, ਬੱਚੇ ਹੋ ਚੁੱਕੇ ਆ, ਕਿਉਂਕਿ ਸਾਨੂੰ ਸੈਲਰੀ ਬਹੁਤ ਘੱਟ ਮਿਲ ਰਹੀ ਆ, ਉਹਨਾਂ ਦੇ ਤਾਂ ਖਰਚੇ ਪੂਰੇ ਨਹੀਂ ਹੋ ਰਹੇਗੇ। ਅਸੀਂ ਮੰਗ ਕਰਦੇ ਕਿ ਸਾਨੂੰ ਰੈਗੂਲਰ ਕੀਤਾ ਜਾਵੇ। ਸਾਨੂੰ ਕੰਮ ਕਰਦਿਆਂ ਨੂੰ ਲਗਭਗ 7-8 ਸਾਲ ਹੋ ਚੁੱਕੇ ਨੇਗੇ, ਅਤੇ ਸਾਡੀ ਉਮਰਾਂ ਹੁਣ ਲੰਘ ਚੁੱਕੀ ਹੈਗੀ, ਹੋਰ ਅਸੀਂ ਪੋਸਟ ਭਰ ਨਹੀਂ ਸਕਦੇ, ਪਰ ਅਚਾਨਕ ਕੱਲ੍ਹ ਕੀ ਹੋਇਆ, 31 ਤਰੀਕ ਨੂੰ ਬਿਜਲੀ ਬੋਰਡ ਨੇ ਲੈਟਰ ਕੱਢ ਦਿੱਤਾ ਕਿ ਇਹਨਾਂ ਕੰਪਿਊਟਰ ਓਪਰੇਟਰਾਂ ਨੂੰ ਸੇਵਾਵਾਂ ਤੋਂ ਬਰਖਾਸਤ ਕਰ ਦਿੱਤਾ ਜਾ। ਕੈਪਟਨ ਕਾ ਸਰਕਾਰ ਵੱਲੋਂ ਘਰ ਘਰ ਰੁਜ਼ਗਾਰ ਦੇ ਤਹਿਤ ਸਾਨੂੰ ਬੇਰੁਜ਼ਗਾਰ ਕਰਨ ਦਾ ਤਰੀਕਾ ਅਪਣਾਇਆ ਜਾ ਰਿਹਾ ਹੈਗਾ, ਤਾਂ ਕਿ ਸਾਨੂੰ ਹਟਾ ਕੇ ਨਵੀਂ ਭਰਤੀ ਕਰਕੇ ਉਹ ਦਿਖਾਇਆ ਜਾ ਸਕੇ ਵੀ ਅਸੀਂ ਦੇਖੋ ਘਰ ਘਰ ਦੇ ਤਹਿਤ ਨੌਕਰੀ ਤਹਿਤ ਨੌਕਰੀਆਂ ਦੇ ਰਹੇ ਹਾਂਗੇ, ਪਰ ਉਹ ਨੌਕਰੀ ਦੇਣ ਤੋਂ ਇਲਾਵਾ ਸਾਨੂੰ ਹਟਾਇਆ ਜਾ ਰਿਹਾ ਹੈਗਾ, ਜਦੋਂ ਕਿ ਚਾਹੀਦਾ ਇਹ ਸੀਗਾ ਵੀ ਸਾਡੇ ਕੋਲ ਇੰਨਾ ਐਕਸਪੀਰੀਅੰਸ ਹੈਗਾ ਵੀ ਸਾਨੂੰ ਹੀ ਪੱਕੇ ਕੀਤਾ ਜਾਵੇ। ਸਾਡਾ ਪੈਸਕੋ ਕੰਪਨੀ ਦੇ ਅਧੀਨ ਲਗਭਗ 2500 ਦੇ ਕਰੀਬ ਹੈਗੇ ਨੇਗੇ ਸਾਰੇ ਜਿੰਨੇ ਵੀ ਬੰਦੇ ਹੈਗੇ ਨੇਗੇ, ਹੁਣ 12 ਬੰਦੇ ਰੋਪੜ ਤੋਂ ਨੇ ਜਿਨ੍ਹਾਂ ਨੂੰ ਲੈਟਰ ਕੱਢ ਦਿੱਤਾ ਗਿਆ ਵੀ ਸਾਨੂੰ ਇਹਨਾਂ ਦੀ ਸੇਵਾਵਾਂ ਦੀ ਲੋੜ ਨਹੀਂ ਹੈਗੀ, ਇਹਨਾਂ ਨੂੰ ਹਟਾ ਦਿੱਤਾ ਜਾਵੇ। ਅੱਜ ਤੁਸੀਂ ਇੱਥੇ ਕਿਹਨੂੰ ਮਿਲਣ ਆਏ ਹੋ ਜਾਂ ਕਿਸ ਸੰਬੰਧ? ਅਸੀਂ ਆਪਣੇ SC ਸਾਹਿਬ ਨੂੰ ਮਿਲਣ ਆਏ ਸੀਗੇ ਇਸ ਸੰਬੰਧ ਦੇ ਵਿੱਚ ਵੀ ਸਾਡਾ ਕੋਈ ਹੱਲ ਕੀਤਾ ਜਾਵੇ। ਉਹਨਾਂ ਨੇ ਕੀ ਭਰੋਸਾ ਦਿਵਾਇਆ? ਹਾਲੇ ਉਹਨਾਂ ਨੇ ਇਹ ਭਰੋਸਾ ਦਵਾਇਆ ਗਾ ਵੀ ਦੇਖਦੇ ਹਾਂ ਉੱਤੋਂ ਮੈਨੇਜਮੈਂਟ ਕੀ ਕਹਿੰਦੀ ਹੈਗੀ, ਫੈਸਲਾ ਜੋ ਵੀ ਆ ਮੈਨੇਜਮੈਂਟ ਕਰੂਗੀ, ਇਹ ਕਹਿੰਦੇ ਵੀ ਸਾਡੇ ਹੱਥ 'ਚ ਤਾਂ ਕੁਛ ਨਹੀਂ ਹੈਗਾ, ਫਿਰ ਦੇਖਦੇ ਹਾਂ ਜੋ ਮੈਨੇਜਮੈਂਟ ਕਹਿੰਦੀ ਹੈਗੀ। ਮਤਲਬ ਉਹਨਾਂ ਨੇ ਤਾਂ ਕਹਿ ਹੀ ਦਿੱਤਾ, ਲੈਟਰ ਕੱਢ ਹੀ ਦਿੱਤਾ ਗਾ ਵੀ ਤੁਹਾਨੂੰ 31-31 ਨੂੰ ਇਹਨਾਂ ਨੂੰ ਸੇਵਾਵਾਂ ਤੋਂ ਬਰਖਾਸਤ ਕਰ ਦਿੱਤਾ ਜਾਵੇ। ਤੁਹਾਡਾ ਐਕਸ਼ਨ ਅਗਲਾ ਕੀ ਹੋਊਗਾ? ਸਾਡਾ ਐਕਸ਼ਨ ਤਾਂ ਇਹੀ ਹੈਗਾ, ਹੁਣ ਅਗਲਾ ਵੀ ਫਿਰ ਅਸੀਂ ਧਰਨੇ ਦੇਵਾਂਗੇ, ਪਟਿਆਲੇ ਜਾਵਾਂਗੇ, ਉੱਥੇ ਚੀਫ ਦਫ਼ਤਰ ਦੇ ਮੂਹਰੇ ਧਰਨਾ ਲਾਵਾਂਗੇ, ਜਾਂ CM ਸਾਹਿਬ ਤੱਕ ਪਹੁੰਚ ਕਰਾਂਗੇ ਵੀ ਜੋ ਤੁਸੀਂ ਕਹਿ ਰਹੇ ਸੀ ਘਰ ਘਰ ਨੌਕਰੀਆਂ ਦਾ ਉਹ ਵਾਅਦਾ ਪੂਰਾ ਕਰੋ, ਸਾਨੂੰ ਕਿਉਂ ਹਟਾਇਆ ਜਾ ਰਿਹਾ ਹੈਗਾ, ਸਾਡੇ ਐਕਸਪੀਰੀਅੰਸ ਨੂੰ ਕਾਊਂਟ ਕਰੋ ਜੋ ਅਸੀਂ 8-8 ਸਾਲਾਂ ਤੋਂ ਕੰਮ ਕਰ ਰਹੇ ਹਾਂਗੇ ਮਹਿਕਮਿਆਂ ਦੇ ਵਿੱਚ, ਅਸੀਂ ਬਿਨਾਂ ਕਹੇ ਜੋ ਵੀ ਸਾਨੂੰ ਕਹਿੰਦੇ ਨੇ ਵੀ ਕੰਮ ਕਰੋ ਅਸੀਂ ਉਹ ਕੰਮ ਕਰ ਦਿਆਂਗੇ, ਕਦੇ ਜਵਾਬ ਨਹੀਂ ਦਿੱਤਾ, ਕਦੇ ਅੱਜ ਤੱਕ ਇਹ ਮੰਗ ਨਹੀਂ ਕੀਤੀ ਸੀ ਵੀ ਸਾਨੂੰ ਪੱਕੇ ਕਰੋ ਜਾਂ ਕੁਛ ਵੀ ਕਰੋ, ਅਸੀਂ ਬੈਠੇ ਚੁੱਪ ਕਿਤੇ ਕੰਮ ਕਰ ਰਹੇ ਹਾਂਗੇ, ਜਾਂ 2016 'ਚ ਕੋਈ ਐਕਟ ਆਇਆ ਸੀਗਾ ਵੀ ਮਤਲਬ ਇਹਨਾਂ ਨੂੰ ਪੱਕੇ ਕੀਤਾ ਜਾਵੇ, ਉਹ ਵੋਟਾਂ ਦੇ ਵਿੱਚ ਚੋਣ ਜ਼ਾਬਤੇ ਦੇ ਕਰਕੇ ਉਹ ਰਹਿ ਗਿਆ ਸੀਗਾ, ਹੋਇਆ ਨਹੀਂ ਸੀਗਾ, ਜਾਂ ਉਹ ਲਾਗੂ ਕੀਤਾ ਜਾਵੇ, ਮਤਲਬ ਬਹੁਤ ਹੀ ਘੱਟ ਤਨਖਾਹਾਂ ਦੇ ਉੱਤੇ ਅਸੀਂ ਚੁੱਪ ਚਾਪ ਕੰਮ ਕਰ ਰਹੇ ਹਾਂਗੇ, ਕਿਉਂਕਿ ਹੋਰ ਸਾਡੇ ਕੋਲ ਚਾਰਾ ਹੀ ਕੋਈ ਨਹੀਂ ਹੈਗਾ ਗਾ, ਕਿਉਂਕਿ ਨਾ ਤਾਂ ਹੁਣ ਅਸੀਂ ਘਰਦਿਆਂ ਨਾਲ ਘਾਟ ਦਿਆਂਗੇ, ਉਮਰਾਂ ਇੰਨੀਆਂ ਹੋ ਚੁੱਕੀਆਂ ਨੇ, ਨਵੀਂ ਪੋਸਟ 'ਤੇ ਅਸੀਂ ਅਪਲਾਈ ਨਹੀਂ ਕਰ ਸਕਦੇ ਹੈਗੇ ਗੇ, ਹੁਣ ਅਸੀਂ ਕਿੱਧਰ ਨੂੰ ਜਾ ਸਕਦੇ ਹਾਂਗੇ, ਵਿਆਹੇ ਹੋਏ ਨੇ ਕਿ ਸਾਡੇ 'ਚ ਹੁਣ ਪਰਿਵਾਰ ਵੀ ਪਾਲਣੇ ਨੇਗੇ, ਇੱਕੋਦਮ ਇਹਨਾਂ ਨੇ ਤਾਂ ਫੜਾਤਾ ਸਾਨੂੰ ਲੈਟਰ ਵੀ ਆ ਤੁਸੀਂ ਬਰਖਾਸਤ ਹੋ ਨੌਕਰੀਆਂ ਤੋਂ ਜਾਓ ਘਰਾਂ ਨੂੰ, ਕਿੱਧਰ ਨੂੰ ਜਾਈਏ ਅਸੀਂ ਹੁਣ? ਬਰਨਾਲਾ ਤੋਂ ਮਨੋਜ ਸ਼ਰਮਾ ਦੀ ਰਿਪੋਰਟ। ਮੌਜੂਦਾ ਹਾਲਾਤਾਂ 'ਤੇ ਨਜ਼ਰ ਮਾਰੀਏ ਤਾਂ ਇਨਸਾਨ
तरह तरह दीयां बीमारियां नाल जूझ रहा है। इंसान बीमारियां तो छुटकारा पाउण लई तरह तरह के उपराले भी करता है। और जिवें तुहाडे दुखां नूं मद्देनज़र रखते हुए इस तो पहला फीर लीफ ऑयल तैयार किया गया जिस द्वारा 125 बीमारियों का इलाज किया गया। तो हुण एक होर प्रोडक्ट तुहानूं दुखां तो नजात दिवाउण लई हाज़र है, फीर लीफ पावर, जिस दे नाल तरह तरह दीयां कमजोरियां नूं दूर किया जा सकता है, जिवें मर्दाना कमजोरी, अंतरियां दी सोजिश, पेशाब विच जलन, दिल दी कमजोरी, खून दी कमी अते दिमाग नूं तेज़ करदा है। अलग अलग लैबोरेटरियां तो आयुर्वैदिक माहरां द्वारा टैसट हो के आप सब दे रूबरू है। और जिस दे विच कई तरह दीयां आयुर्वैदिक जड़ियां बूटियां अते कई तरह दे पसम मिला के तैयार किया गया है, वह नौजवानों लई बड़ा वरदान सिद्ध हो रहा है। जो नौजवान मर्दाना कमजोरी नाल जूझ रहे ने, वह हुण फीर लीफ पावर का इस्तेमाल करन तो बाद दोबारा खोई हुई मर्दाना ताकत नूं हासिल कर सकते ने। ये मेडिसन 100% आयुर्वैदिक है, इसका कोई भी साइड इफेक्ट नहीं है। तुसी वधेरे जानकारी लई संपर्क कर सकते हो 94784-8807।